ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਵੀਂ ਕਮੇਟੀ ਨੇ ਆਪਣੇ ਹਰਜੀਤ ਸਿੰਘ ਉਹਨਾਂ ਨੇ ਟੇਕ ਓਵਰ ਕੀਤਾ ਅਤੇ ਪਹਿਲੇ ਦਿਨ ਯੋਗਾ ਹੋਇਆ। ਯੋਗਾ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ, ਉਸ ਤੋਂ ਬਾਅਦ ਸਾਰੇ ਡਾਇਰੈਕਟਰਾਂ ਨੇ ਸਪੀਚ ਦਿੱਤੀ ਅਤੇ ਆਸ਼ੀਰਵਾਦਾਂ ਦਿੱਤੀਆਂ ਅਤੇ ਬਹੁਤ ਸੋਹਣਾ ਯੋਗਾ ਬਣਾਇਆ ਭੈਣ ਜੀ ਕਰਵੀਨ ਨੇ ਅਤੇ ਕੋਆਰਡੀਨੇਟਰ ਜੀਵਨ ਸਿੰਘ ਸਾਹਿਬ ਉਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਚਾਇਆ ਅਤੇ ਸਾਰਿਆਂ ਨੇ ਬਹੁਤ ਆਨੰਦ ਮਾਣਿਆ। ਮੈਂ ਵੀ ਸੀਨੀਅਰ ਸਿਟੀਜ਼ਨ ਹੀ ਹਾਂ, ਕਲਾਕਾਰੀ ਦੇ ਤੱਤਾਂ ਵਾਰ ਥੋੜ੍ਹੀਆਂ ਚੱਲਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਾਡੇ ਸਮਨ ਸਿੰਘ ਨੇ ਕਾਫੀ ਭਾਜੀ ਐਕਸਪੀਰੀਅੰਸ ਵਾਲੇ ਨੇ, ਪਹਿਲਾਂ ਹੀ ਕੰਮ ਕਰਦੇ ਰਹੇ ਆ, ਅਤੇ ਆਪਣੇ ਨਵੇਂ ਡਾਇਰੈਕਟਰ ਨੇ ਹਰਮਜੀਤ ਸਿੰਘ, ਜਿਹਨੂੰ ਆਪਾਂ ਪਿਆਰ ਨਾਲ ਮਿੱਠੂ ਕਹਿੰਦੇ, ਅਤੇ ਇਹਨਾਂ ਨੂੰ ਤੈਨੂੰ ਪਤਾ ਇਹਨਾਂ ਦੀ ਮਿਠਾਈ ਦੇ ਨਾਲ ਬੜਾ ਮਿੱਠਾ ਮਿਠਾਇਆ ਹੋ ਗਿਆ, ਐਕਸਰਸਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਅਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ, ਰਾਤ ਮਿਲ ਕੇ ਕੋਈ ਵੀ ਪ੍ਰੋਬਲਮ ਹੁੰਦੀ ਇਹਨਾਂ ਨੂੰ ਦੱਸੋ, ਅਤੇ ਹੋਰ ਕੋਈ ਗੱਲਬਾਤ ਕੋਈ ਵੀ ਗੱਲਬਾਤ ਹੋਈ। ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਤਾ ਹੀ ਹੈ ਮੇਰੀ ਡਿਊਟੀ ਲੱਗੀ ਹੈ ਸਾਡੀ ਸੇਵਾ ਵਾਸਤੇ, ਅਤੇ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਵੀ ਤੁਹਾਡੇ ਸਜੈਸ਼ਨ ਹੋਵੇ ਤਾਂ ਮੈਨੂੰ ਪਲੀਜ਼ ਮੈਨੂੰ ਦੱਸਣਾ, ਨਾ ਕਿ ਕੋਈ ਗੱਲਬਾਤ ਇੱਧਰ ਉੱਧਰ ਕਰਨੀ। ਪਲੀਜ਼ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਗੇ ਤੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਪ੍ਰੋਗਰਾਮ ਦੇ ਸਕੀਏ, ਅਤੇ ਤੁਸੀਂ ਖੁੱਲ੍ਹ ਕੇ ਸਾਡੇ ਕੋਲ ਜਿਹੜੇ ਹੈਗੇ ਨੇ ਕੋਆਰਡੀਨੇਟਰਸ, ਜਿੰਨੇ ਵੀ ਆਪਣੇ ਤਰਜੀਤ ਭਾਈ ਨੇ ਬਣਾਏ ਨੇ ਕੋਆਰਡੀਨੇਟਰਸ ਵੋਲੰਟੀਅਰਸ ਇਸ ਗਰੁੱਪ ਨੂੰ ਪ੍ਰੋਪਰਲੀ ਰਨ ਕਰਨ ਵਾਸਤੇ, ਅਤੇ ਤੁਸੀਂ ਆਪਣੇ ਫੀਡਬੈਕ ਜੋ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਦਿਓ। ਤੁਹਾਡੀ ਜੋ ਵੀ ਡਿਮਾਂਡ ਹੈ, ਤੁਹਾਡੀ ਜੋ ਵੀ ਐਕਸਪੈਕਟੇਸ਼ਨਸ ਹੈਗੀਆਂ ਨੇ ਏ ਐੱਸ ਏ ਮੈਨੇਜਮੈਂਟ ਵੱਲੋਂ, ਸਾਡੀਆਂ ਜਿੰਨੀਆਂ ਕੋਸ਼ਿਸ਼ ਹੋਣਗੀਆਂ ਅਸੀਂ ਉਹਨੂੰ ਪੂਰੀ ਤਰ੍ਹਾਂ ਨਾਲ ਤੁਹਾਡੀ ਡਿਮਾਂਡਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਆਪਣੇ ਬੋਰਡ ਦੇ ਵਿੱਚੋਂ ਉਹਨੂੰ ਪਾਸ ਕਰਵਾਵਾਂਗੇ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਜਿਹੜੀ ਪੁਰਾਣੀ ਮੈਨੇਜਮੈਂਟ ਸੀਗੀ ਇੱਥੇ ਹੁੰਦੀਆਂ ਸੀਗੀਆਂ, ਤੁਹਾਡੀਆਂ ਐਕਸਰਸਾਈਜ਼ ਕਲਾਸਿਸ ਹੁੰਦੀਆਂ ਸੀ, ਯੋਗਾ ਹੁੰਦੇ ਸੀਗੇ, ਉਹਦੇ ਬਾਅਦ ਤੁਹਾਡੇ ਕੁਛ ਪਿਕਨਿਕ ਜਾਣ ਦੇ ਦੌੜੇ ਹੁੰਦੇ ਸੀਗੇ, ਤੁਸੀਂ ਪਿਕਨਿਕ ਜਾਂਦੇ ਸੀਗੇ ਚਾਹੇ ਮਹੀਨੇ ਦੇ ਵਿੱਚ ਇੱਕ ਵਾਰੀ ਜਾਂ ਜੋ ਵੀ ਤੁਹਾਡੀ ਸੀਗੀ ਫ੍ਰੀਕੁਐਂਸੀ। ਅਤੇ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਜੋ ਤੁਹਾਡੀ ਇੱਛਾਵਾਂ ਹੈਗੀਆਂ ਨੇ ਕਿ ਤੁਸੀਂ ਪਿਕਨਿਕ ਜ਼ਿਆਦਾ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਯੋਗਾ ਨਹੀਂ ਕਰਨਾ ਚਾਹੁੰਦੇ ਕਿ ਯੋਗਾ ਜ਼ਿਆਦਾ ਕਰਨੀ ਚਾਹੁੰਦੇ ਹੋ, ਅਤੇ ਅਸੀਂ ਉਹਦੇ ਹਿਸਾਬ ਦੇ ਨਾਲ ਤੁਹਾਡੇ ਜਿਹੜੇ ਪ੍ਰੋਗਰਾਮ ਹੈਗੇ ਨੇ ਫਿਊਚਰ ਦੇ ਵਿੱਚ ਅਸੀਂ ਉਸ ਤਰ੍ਹਾਂ ਉਹਨਾਂ ਨੂੰ ਔਰਗਨਾਈਜ਼ ਕਰਾਂਗੇ। ਔਰ ਸਾਡੇ ਵੱਲੋਂ ਜਿਹੜੀ ਇੱਕ ਹੋਰ ਮੇਨ ਕੋਸ਼ਿਸ਼ ਇਹ ਹੈਗੀ ਹੈ ਕਿ ਸਾਡੀ ਜਿਹੜੀ ਪ੍ਰਾਇਓਰਟੀ ਹੋਏਗੀ ਉਹ ਜਿਹੜੇ ਏ ਐੱਸ ਏ ਦੇ ਮੈਂਬਰ ਸਾਹਿਬ ਹੈਗੇ ਨੇ ਅਸੀਂ ਉਹਨਾਂ ਨੂੰ ਫਸਟ ਪ੍ਰਾਇਓਰਟੀ ਦੇਵਾਂਗੇ, ਕਿਉਂਕਿ ਸਾਨੂੰ ਫੀਡਬੈਕ ਮਿਲਿਆ ਸੀ ਪੁਰਾਣੇ ਜਿਹੜੇ ਸੀਗੇ ਜੀ ਉਹ ਜਿਹੜੇ ਏ ਐੱਸ ਏ ਦੇ ਮੈਂਬਰ ਨਹੀਂ ਸੀਗੇ, ਅਸੀਂ ਉਹਨਾਂ ਨੂੰ ਵੀ ਦੇਖਦੇ ਸੀਗੇ, ਲੇਕਿਨ ਅਸੀਂ ਉਹਨਾਂ ਨੂੰ ਵੀ ਐਡਜਸਟ ਕਰਾਂਗੇ। ਲੇਕਿਨ ਪਹਿਲੇ ਸਾਡੇ ਜਿਹੜੀ ਫਸਟ ਪ੍ਰਾਇੋਰਟੀ ਹੋਏਗੀ ਉਹ ਏ ਐੱਸ ਏ ਦੇ ਮੈਂਬਰਸ, ਫਿਰ ਸਾਡੇ ਕੋਲ ਕੋਈ ਵੀ ਸਪੇਸਿਸ ਹੋਣਗੇ ਜਿਸ ਤਰ੍ਹਾਂ ਜੋ ਵੀ ਹੈ, ਅਗਰ ਨਹੀਂ ਵੀ ਹੋਏਗੀ ਅਸੀਂ ਫਿਰ ਦੂਸਰੀ ਬੱਸ ਕਰਕੇ ਉਹਨਾਂ ਨੂੰ ਵੀ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਬਸ ਮੈਂ ਥੋੜ੍ਹਾ ਜ਼ਿਆਦਾ ਟਾਈਮ ਹੀ ਲੈ ਰਿਹਾ ਹੋ, ਅਤੇ ਬਾਕੀ ਤੁਸੀਂ ਆਪਣੇ ਇੰਜੋਏ ਕਰੋ, ਅਤੇ ਬਾਕੀ ਸਾਡੇ ਜਿਹੜੇ ਸੇਵਾਦਾਰ ਹੈਗੇ ਨੇ, ਨੋਟ ਓਨਲੀ ਕੋਆਰਡੀਨੇਟਰਸ, ਜਿਹੜੇ ਡਾਇਰੈਕਟਰਸ ਹੈਗੇ ਨੇ, ਤੁਹਾਡੀ ਆਪਣੀ ਹੋ ਗਈ ਇਨਵੋਲਵਮੈਂਟ, ਅਤੇ ਜਿਹੜੇ ਸਾਡੇ ਖਾਸ ਕਰਕੇ ਜਿਹੜੇ ਵਾਲੰਟੀਅਰਸ ਹੈਗੇ ਨੇ ਜਿਹੜੇ ਸਾਰਾ ਸਮਾਨ ਪਿੱਛੇ ਰਨ ਕਰਦੇ ਨੇ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਾਰੇ ਤੁਸੀਂ ਵੈਲਕਮ ਹੋ ਇੱਥੇ, ਤਾਂ ਅਸੀਂ ਸਾਡੀ ਇਹ ਮੇਰੀ ਇਹ ਕੋਸ਼ਿਸ਼ ਹੋਊਗੀ, ਮੈਂ ਜਿੰਨਾ ਵੀ ਮੈਂ ਤਾਂ ਸੇਵਾ ਕਰ ਰਹੀ ਹਾਂ, ਮੈਂ ਸੇਵਾ ਫਿਰ ਕਰਨੀ ਹੈ, ਮੈਂ ਸੇਵਾ ਕਰਕੇ ਤੁਹਾਨੂੰ ਸਾਰਿਆਂ ਨੂੰ ਕਰਾਂਗੇ ਵੀ ਖੁਸ਼ ਰਹਿਣ, ਸਾਰੇ ਹੈਪੀ ਰਹਿਣ, ਇੱਥੋਂ ਹੈਪੀ ਜਾਣ ਅਤੇ ਹੈਪੀ ਹੋਣ ਅਤੇ ਜਾਣ, ਅਤੇ ਅਸੀਂ ਪੂਰੀ ਕੋਸ਼ਿਸ਼ ਸਾਡੀ ਹੋਊਗੀ ਤੁਹਾਨੂੰ ਇਹ ਕੱਲ੍ਹ ਦੀ। ਵਿੱਚ ਸਾਨੂੰ ਜ਼ਿਆਦਾ ਆਕਸੀਜਨ ਪ੍ਰੋਵਾਈਡ ਕਰਦਾ, ਔਰ ਮੈਡੀਟੇਸ਼ਨ ਦਾ ਸਭ ਤੋਂ ਫਸਟ ਜਿਹੜਾ ਹੈਗਾ ਬ੍ਰੀਥਿੰਗ ਕੋਰਸ। ਸੋ ਲੈਟਸ ਸਟਾਰਟ।
वाहेगुरु जी का खालसा वाहेगुरु जी की फतेह। अज फ्राइडे 28 तरीक है दिसंबर की, तो अज जो साड़ी नवी कमेटी आ उन्होंने ओवरटोक किया है, तो असी आस्ट्रेलियन सिख एसोसीएशन के वालों जो सीनियर सिटीजन का प्रोग्राम आ उसे अच्छ शुरू किया एक्सरसाइज का, तो अज बहुत सारे तुम देख रहे हैं बहुत सारे लोग इतने आए हैं, तो बड़ी रौनक लग गई है, तो असी इन सारे का कमेटी को सारे का धन्यवाद करते हैं, तो हमेशा भी असं चाहते हैं कि अगर हाँ तुम बढ़ चढ़ के असी इस प्रोग्राम के आओ ता कि थानू असी की फिट कर दीए चंगी तरह। तो वाहगुरु जी का खालसा अच्छा वाहगुरु जी की फतह। अज असी इतने गुरद्वारा साहब इतने जी साड़ी एक्सरसाइज है फ्राइडे की वो करने वास्ते आए हुए हैं, अज पूरा इतने रश है, तो बड़ी देर बाद इन्नी रौनक जी देखी गई है, खाण पीण का बड़ा वधिया प्रबंध किया हुआ सी, तो अच्छी गैदरिंग हुई हुई है, तो अगे नूं भी इदा ही असी कंटिन्यू इसनूं करांगे, तो सारे अपने साथी जिन्हें भी हैं वो सहयोग देण तां जो असी इसनूं होर अगे तो अगे वधिया तो वधिया प्रोग्राम तुहाडे सामने लिया रखीए। थैंक यू वेरी मच, सति श्री अकाल। Hi, I'm Tia. I'm the founder of an organization called Empowered BWB. It's a community organization that promotes businesses, among other things. And I would like to say that if any of you are building a house, if you like to construct a custom house, please approach Mr. Jatinder Singh from JB Prime Homes. I would highly recommend him. Thank you.